ਤੁਸੀਂ ਇੱਕ ਸਟਰੋ, ਇੱਕ ਪਲਾਸਟਿਕ ਦੀ ਸਟਰੋ, ਰਬਰ ਬੈਂਡ, ਟੇਪ, ਗੱਤੇ ਨਾਲ ਤੂਫਾਨੀ ਟਰੰਪਟ ਬਣਾ ਸਕਦੇ ਹੋ। ਇੱਕ ਸਖਤ ਸਟਰੋ ਜਾਂ ਪੁਰਾਣੇ ਸਕੈਚ ਪੈਨ ਦੀ ਬੋਡੀ ਲਓ। ਪਲਾਸਟਿਕ ਸਟਰੋ ਦਾ ਇੱਕ ਹਿੱਸਾ ਟਰਾਂਸਪੇਰੈਂਸੀ ਦੇ ਨਾਲ ਰਬੜ ਬੈਂਡ ਨਾਲ ਲਪੇਟੋ। ਇਹ ਟਰਾਂਸਪੇਰੈਂਸੀ ਦੇ ਇੱਕ ਫਲੈਪ ਦੀ ਤਰ੍ਹਾਂ ਕੰਮ ਕਰੇਗਾ ਅਤੇ ਵਾਈਬ੍ਰੇਸ਼ਨ ਕਰਨ 'ਤੇ ਆਵਾਜ਼ ਕੱਢੇਗਾ। ਫਲੈਪ ਨੂੰ ਆਪਣੇ ਮੂੰਹ ਵਿੱਚ ਰੱਖੋ ਅਤੇ ਆਵਾਜ਼ ਕੱਢਣ ਲਈ ਉਸ ਵਿੱਚ ਹਵਾ ਮਾਰੋ। ਹਵਾ ਅੰਦਰ ਖਿੱਚ ਕੇ ਫੂਕ ਮਾਰਨ ਨਾਲ ਆਵਾਜ਼ ਆਏਗੀ। ਫਿਰ ਇੱਕ ਪੁਰਾਣੀ ਕਾਰਡਸ਼ੀਟ ਲਓ ਅਤੇ ਉਸਨੂੰ ਕੋਨ ਦੀ ਸ਼ਕਲ ਵਿੱਚ ਮੋੜ ਲਓ। ਵੱਡਾ ਹਿੱਸਾ ਕੱਟ ਦਿਓ ਤਾਂ ਕਿ ਉਹ ਕੋਨ ਦੀ ਸ਼ਕਲ ਨਾ ਬਣ ਸਕੇ। ਛੋਟੇ ਹਿੱਸੇ ਨੂੰ ਬੰਦ ਕਰ ਦਿਓ। ਹੁਣ ਛੋਟੇ ਹਿੱਸੇ ਵਿੱਚ ਸਟਰੋ ਪਾ ਕੇ ਟਰੰਪਟ ਨੂੰ ਪੂਰਾ ਕਰ ਦਿਓ। ਸਟਰੋ ਨੂੰ ਆਪਣੇ ਮੂੰਹ ਵਿੱਚ ਪਾਓ ਅਤੇ ਜ਼ੋਰ ਦੀ ਆਵਾਜ਼ ਕੱਢਣ ਲਈ ਉਸ ਵਿੱਚ ਫੂਕ ਮਾਰੋ। ਇਹ ਅਖੀਰ ਵਿੱਚ ਬਣਿਆ ਟਰੰਪਟ ਹੈ।